पांच बदमाशां ने तीन थावां ते कीती वड्डी लुट्ट। पेट्रोल पंप ते कार छड्ड के हो गए फरार। दो शराब दे ठेकियां ते वी कीती सी वारदात। ਤਾਂ ਦੱਸ ਦੇ ਕਿ ਸੀ ਸੀ ਟੀ ਵੀ ਦੇ ਵਿੱਚ ਪੰਜ ਲੁਟੇਰਿਆਂ ਦੀ ਕਰਤੂਤ ਕੈਦ ਹੋਈ ਹੈ, ਜਿੱਥੇ ਇਹਨਾਂ ਦੇ ਵੱਲੋਂ ਤਿੰਨ ਥਾਵਾਂ ਤੇ ਜਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਤੇ ਇਸ ਦੌਰਾਨ ਪੈਟਰੋਲ ਪੰਪ ਤੇ ਵੀ ਡਕੈਤੀ ਕਰਨ ਆਉਂਦੇ ਨੇ ਤੇ ਸ਼ਰਾਬ ਦੇ ਠੇਕਿਆਂ ਤੇ ਵੀ ਇਹਨਾਂ ਦੇ ਵੱਲੋਂ ਲੁੱਟ ਕੀਤੀ ਜਾਂਦੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਬਦਮਾਸ਼ ਮੌਕੇ ਤੇ ਕਲਟੋ ਕਾਰ ਛੱਡ ਕੇ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਇਹਨਾਂ ਬਦਮਾਸ਼ਾਂ ਨੇ ਦੋ ਹੋਰ ਵਾਰਦਾਤਾਂ ਨੂੰ ਅੰਜਾਮ ਦਿੱਤਾ। ਤਾਂ ਦੱਸ ਦਈਏ ਕਿ ਮਾਮਲਾ ਪਾਣੀਪਤ ਤੋਂ ਸਾਹਮਣੇ ਆਇਆ, ਜਿੱਥੇ ਪੰਪ ਦੇ ਕਰਿੰਦਿਆਂ ਦੇ ਵੱਲੋਂ ਇਹਨਾਂ ਦਾ ਮੁਕਾਬਲਾ ਵੀ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਕਰੀਬ 3:30 ਵਜੇ ਪੰਪ ਤੇ ਆਉਂਦੇ ਨੇ ਤੇ 2400 ਰੁਪਏ ਦਾ ਪੈਟਰੋਲ ਇਹਨਾਂ ਦੇ ਵੱਲੋਂ ਗੱਡੀ ਦੇ ਵਿੱਚ ਭਰਾਇਆ ਜਾਂਦਾ ਹੈ। ਤੇ ਜਦ ਇਹਨਾਂ ਤੋਂ ਪੰਪ ਦਾ ਕਰਿੰਦਾ ਪੈਸੇ ਮੰਗਦਾ ਹੈ ਤਾਂ ਇਹ ਬੰਦੂਕ ਦਿਖਾਉਂਦੇ ਨੇ ਤੇ ਉਸ ਨੂੰ ਪੈਸੇ ਨਾ ਦੇਣ ਦੀ ਗੱਲ ਕਹਿੰਦੇ ਨੇ। ਪਰ ਪੰਪ ਦਾ ਕਰਿੰਦਾ ਇਹਨਾਂ ਨਾਲ ਮੁਕਾਬਲਾ ਕਰਦਾ ਹੈ ਪਰ ਇਹ ਉਸ ਨੂੰ ਫੜ ਕੇ ਗੱਡੀ ਦੇ ਵਿੱਚ ਖਿੱਚ ਲੈਂਦੇ ਨੇ। ਮੌਕੇ ਤੋਂ ਦੂਸਰਾ ਪੰਪ ਦਾ ਕਰਿੰਦਾ ਵੀ ਭੱਜ ਕੇ ਆਉਂਦਾ ਪਰ ਇਹ ਮੌਕੇ ਤੋਂ ਗੱਡੀ ਭਜਾ ਲੈਂਦੇ ਨੇ। ਫਿਰ ਇੱਕ ਪੰਪ ਦਾ ਕਰਿੰਦਾ ਇਹਨਾਂ ਦੀ ਗੱਡੀ ਦੇ ਵਿੱਚ ਲੱਗੀ ਚਾਬੀ ਕੱਢ ਲੈਂਦਾ ਤੇ ਕਾਰ ਬੰਦ ਹੋ ਜਾਂਦੀ ਹੈ। ਤਾਂ ਮੌਕੇ ਤੋਂ ਇਹਨਾਂ ਦੀ ਦੂਸਰੀ ਗੱਡੀ ਵੀ ਆ ਜਾਂਦੀ ਹੈ, ਜਿਸ ਦੇ ਵਿੱਚੋਂ ਤਿੰਨ ਹੋਰ ਬਦਮਾਸ਼ ਬੈਠੇ ਹੁੰਦੇ ਨੇ ਤੇ ਉਹ ਹਥਿਆਰਾਂ ਦੇ ਦਮ ਤੇ ਇਹਨਾਂ ਤੋਂ ਹਜ਼ਾਰਾਂ ਦੀ ਨਕਦੀ ਚੋਰੀ ਕਰ ਲੈਂਦੇ ਨੇ। ਕਰੀਬ 11,000 ਰੁਪਏ ਦੀ ਇਹਨਾਂ ਦੇ ਵੱਲੋਂ ਲੁੱਟ ਕੀਤੀ ਜਾਂਦੀ ਹੈ ਤੇ ਫਿਰ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਆ ਤੇ ਅੱਗੇ ਜਾ ਕੇ ਇਹ ਆਪਣੀ ਅਲਟੋ ਕਾਰ ਨੂੰ ਉੱਥੇ ਹੀ ਛੱਡ ਦਿੰਦੇ ਆ ਤੇ ਅੱਗੇ ਜਾ ਕੇ ਦੋ ਹੋਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਲੁਟੇਰਿਆਂ ਦੀ ਭਾਲ ਦੇ ਵਿੱਚ ਜੁਟ ਗਈ ਹੈ। ਨਵਾਲੰਡਾ ਪੈਟਰੋਲ ਪੰਪ ਪਰ ਦੋ ਤਿੰਨ ਦਿਨ ਪਹਿਲੇ ਇੱਕ ਜੋ ਗਾੜੀ ਥੀ ਆਲਟੋ, ਉਸਮੇ ਦੋ ਲੜਕੇ ਥੇ ਔਰ ਉਹਨੇ ਗਾੜੀ ਕੀ ਟੰਕੀ ਜੋ ਫੁੱਲ ਕਰਵਾਈ ਥੀ, ਕਰੀਬ 2400 ਰੁਪਏ ਕਾ ਤੇਲ ਉਸਮੇ ਆਇਆ ਥਾ ਔਰ ਜਬ ਵੋ ਪੈਸੇ ਦੇਣੇ ਕੀ ਬਾਤ ਆਈ ਤੋ ਉਹਨੇ ਉਸਕੇ ਸਾਥ ਮਾਰਪੀਟ ਕੀ ਹੈ ਔਰ ਗਾਲੀ ਗਲੋਚ ਕਰੀ ਹੈ। ਫਿਰ ਉਹਨੇ ਉਨਕੇ ਆਪਸ ਮੇਂ ਛੀਨਾ ਜਪਟੀ ਹੋਈ ਤੋ ਤਿੰਨ ਲੜਕੇ ਗਾੜੀ ਦੂਸਰੀ ਗਾੜੀ ਮੇਂ ਥੇ ਵੋ ਉਤਰ ਕੇ ਆ ਗਏ ਕਿ ਉਨਕੇ ਪਾਸ ਪਿਸਟਲ ਦਿਖਾਇਆ ਉਹਨੇ ਉਸਕੋ ਔਰ ਫਿਰ ਪੈਟਰੋਲ ਪੰਪ ਸੇ ਕੁਛ ਪੈਸੇ ਵੀ ਲੁੱਟ ਕੇ ਲੈ ਗਏ ਹੈ ਔਰ ਭਾਗਤੇ ਹੋਏ ਜੋ ਇੱਕ ਗਾੜੀ ਹੈ ਉਸਕੀ ਚਾਬੀ ਨਹੀਂ ਮਿਲੀ ਇਨਕੋ ਛੋੜ ਕੇ ਭਾਗ ਗਏ ਥੇ ਆਲਟੋ ਔਰ ਉਸਕੇ ਬਾਅਦ ਏਲੈਂਟਰਾ ਗਾੜੀ ਮੇਂ ਉਹ ਸਭੀ ਬੈਠ ਕੇ ਫਰਾਰ ਹੋ ਗਏ ਹੈ। ਪੰਪ ਕੇ ਉੱਪਰ ਜੋ ਪਿਕਅਪ ਗਾੜੀ ਖੜੀ ਥੀ ਉਸਕੇ ਸ਼ੀਸ਼ੇ ਵਗੈਰਾ ਤੋੜੇ ਹੈ, ਕੁਛ ਹੋਰ ਨੁਕਸਾਨ ਵੀ ਕੀਆ ਪੰਪ ਪੇ ਜਿਨਕੇ ਪਾਸ ਹਥਿਆਰ ਥੇ ਔਰ ਜੋ ਗਾੜੀ ਹੈ ਉਸਕਾ ਨੰਬਰ ਅਭੀ ਡਿਟੈਕਟ ਹੋ ਗਿਆ ਹੈ, ਪਹਿਚਾਨ ਕਰ ਲਈ ਗਈ ਹੈ, ਉਨਕੋ ਜਲਦੀ ਅਰੈਸਟ ਕਰੇਂਗੇ। ਇਸਕੇ ਪਸ਼ਚਾਤ ਇਹਨੋਨੇ ਸਮਾਲਖਾ ਖੇਤਰ ਮੇਂ ਵੀ ਦੋ ਜਗ੍ਹਾ ਵਾਰਦਾਤੇ ਕੀ ਹੈ ਠੇਕਾ ਪਰ ਉਸਮੇ ਔਰ ਵਹਾਂ ਸੇ ਵੀ ਕੁਛ ਸ਼ਰਾਬ ਵਗੈਰਾ ਹੈ ਲੁੱਟੀ ਹੈ, ਪੈਸੇ ਲੁੱਟੇ ਹੈ ਤੋ ਦੋਨੋਂ ਜਗ੍ਹਾ ਮਾਮਲੇ ਦਰਜ ਹੈ, ਤਫਤੀਸ਼ ਕਰ ਰਹੇ ਹੈ ਔਰ ਜਲਦੀ ਹੀ ਉਨਕੋ ਹਿਰਾਸਤ ਮੇਂ ਲਿਆ ਜਾਏਗਾ। ਹਾਂ ਹਾਂ, ਸੀ ਸੀ ਟੀ ਵੀ ਪੈਟਰੋਲ ਪੰਪ ਪਰ ਸੀ ਸੀ ਟੀ ਵੀ ਫੁਟੇਜ ਕਲੀਅਰ ਆਈ ਹੈ ਔਰ ਸੀ ਸੀ ਟੀ ਵੀ ਫੁਟੇਜ ਸੇ ਹੀ ਲੈਂਟਰਾ ਗਾੜੀ ਕਾ ਨੰਬਰ ਸਾਹਮਣੇ ਆਇਆ ਹੈ ਔਰ ਉਸ ਨੰਬਰ ਸੇ ਉਨਕੀ ਪਹਿਚਾਨ ਹੋਈ ਹੈ। ਕਿਤਨੇ ਟੋਟਲ ਲੋਕ ਹੈ ਸਰ ਫਿਲਹਾਲ? ਅਭੀ ਤੱਕ ਜੋ ਸੀ ਸੀ ਟੀ ਵੀ ਫੁਟੇਜ ਪੈਟਰੋਲ ਪੰਪ ਗਵਾਲਡਾ ਕੀ ਆਈ ਹੈ ਉਸਮੇਂ ਅਭੀ 5 ਲੋਕ ਦਿਖਾਈ ਦੇ ਰਹੇ ਹੈ। ਉਸਕੇ ਪਸ਼ਚਾਤ ਜੈਸੇ ਹੀ ਉਹ ਅਸਲ ਜੋ ਅਪਰਾਧੀ ਪਕੜੇ ਜਾਏਂਗੇ ਉਸਕੇ ਬਾਅਦ ਪੂਛਤਾਛ ਕੇ ਆਧਾਰ ਪਰ ਆਗੇ ਜਾਂਚ ਕੀ ਜਾਏਗੀ ਭਈ ਔਰ ਕੌਣ ਕੌਣ ਉਨਕੇ ਸਾਥ ਸ਼ਾਮਿਲ ਹੈ।